ਤੇ ਇਹ ਉਹ ਬੰਦਾ ਜਿਹਨੇ ਸਾਡਾ ਤਿਆਰਾ ਅਗਵਾ ਕਰਾਇਆ, ਇਹਦਾ ਨਾਮ ਹੈ ਨਾਜੀ। ਇਹਨੇ ਖੁਫੀਆ ਕਿੱਥੇ ਰਹਿਣਾ? ਲੱਖ ਦੀ ਲਾਨਤ ਇਹੋ ਜਿਹੇ ਖੁਫੀਆ ਕੈਮਰੇ ਤੇ ਜਿਹੜਾ ਦੂਰੋਂ ਹੀ ਸਾਰਿਆਂ ਨੂੰ ਨਜ਼ਰ ਆ ਜਾਣਾ। ਓਏ ਬਾਤ ਆਪਾਂ ਕਿੰਨਾ ਉੱਤੇ ਆ ਗਏ ਹਨਾ। ਚੁੱਪ ਕਰ ਮਰੇ, ਨਜ਼ਰ ਨਾ ਲਾ ਰਹੀ। ਮੈਂ ਕਿਹੜਾ ਕੰਮ ਕਰਨਾ? ਮੈਂ ਕਿਸੇ ਕੰਮ ਵਾਲੀ ਦਾ ਮੁੰਡਾ? ਉਹ ਚਿੱਟਾ ਜਿਹਾ ਮੁੰਡਾ ਤੇਰੇ ਨਾਲ ਕੌਣ ਸੀ? ਤੇਰਾ ਪਿਓ। ਬਕਵਾਸ ਬੰਦ ਕਰ, ਇਹ ਤੂੰ ਬੂਹਾ ਬੰਦ ਕਰ, ਮੇਰਾ ਭਰਾ ਬਾਹਰੋਂ ਠੰਡੀ ਹਵਾ ਆ ਰਹੀ। ਓਏ ਉਹ ਬੰਦਾ ਬਿਲਕੁਲ ਕੋਲ ਆ ਗਏ ਮੇਰੇ। ਇੱਕ ਮਿੰਟ ਹੈ, ਜਦੋਂ ਕੋਲ ਪਹੁੰਚੇਗਾ ਤਾਂ ਮੈਨੂੰ ਵਾਜ ਦੇ ਰਹੀ। ਆਇਆ ਨਹੀਂ ਹੁਣ ਸਰ ਜੀ। ਹਾਂ, ਅਸੀਂ ਸਿਕਿਉਰਿਟੀ ਕੈਮਰਿਆਂ ਵਿੱਚ ਵੇਖਿਆ, ਇੱਥੇ ਕੋਈ ਗੜਬੜ ਹੈ, ਕੋਈ ਬੰਦੇ ਅੰਦਰ ਆਏ ਆ। ਤੁਸੀਂ ਟਵਾਣਾ ਸਾਹਿਬ ਜਰਾ 10 ਮਿੰਟ ਬਾਹਰ ਖਲਵੋ ਜਾ ਕੇ ਤੇ ਮੈਂ ਆਇਆ। ਕਿਉਂ ਜੀ? ਬਹਿਣ ਨੂੰ ਕੁਰਸੀ ਕੋਈ ਨਹੀਂ? ਕੁਰਸੀ ਜਿਨ੍ਹਾਂ ਦੇ ਕੋਲ ਆ ਜਨਾਬ, ਉਹ ਤੇ ਛੱਡਣ ਨਹੀਂ ਦੇ। ਚਲੋ ਬੰਦ ਕਰ ਦਰਵਾਜ਼ਾ। ਹੁਣ ਆਇਆ ਨਾ ਮਜ਼ਾ? ਤੇਰੀ ਲੱਤ ਬਹੁਤ ਹੀ ਸਹੀ ਵੱਜੀ ਹੈ। ਅੱਛਾ ਚੱਲ ਫਿਰ ਠੀਕ ਹੈ। ਵੈਸੇ ਨਾ ਤੇਰੀ ਬੜੀ ਮਿਹਰਬਾਨੀ, ਮੇਰਾ ਮੂਡ ਆਫ ਸੀ, ਤੂੰ ਆ ਕੇ ਨਾ ਮੇਰਾ ਮੂਡ ਫਰੈਸ਼ ਕਰ ਦਿੱਤਾ ਜੀ। ਮੈਂ ਚਾਹੁੰਦਾ ਕਿ ਤੇਰੇ ਕੀ ਇੱਕ ਦੋਸਤ ਨੇ ਇਧਰ ਸਾਈਡ ਤੇ ਹੋ ਜਾ, ਅੰਨਾ ਹੀ ਆ ਰਹੇ ਕੋਈ। ਮੈਂ ਕਹਿੰਦਾ ਜੇ ਖੂਨ ਲੱਭਣ ਜਾ ਰਿਹਾ ਤਾਂ ਮੇਰਾ ਵੀ ਬੀ ਪੋਜ਼ਿਟਿਵ ਹੀ ਹੈ। ਲੋ ਨਾ ਜੀ ਸਾਹਿਬ, 1200 ਰੁਪਏ ਟ੍ਰਾਂਸਫਰ ਕਰਤਾ ਜੀ। ਜਹਾਜ਼ ਤਾਂ ਸਾਡਾ ਲੈ ਚੱਲੇ ਹੋ, ਇੱਥੋਂ ਇਹਦੀ ਡੋਲੀ ਚੱਲੀ, ਉੱਥੋਂ ਇਹਦੀ ਲਾਸ਼ ਹੀ ਆਵੇ। ਜਦੋਂ ਮੈਂ ਕਹਾਂ ਨਾ ਉਦੋਂ ਹੱਥ ਛੱਡ ਦੇ। ਤੇਰਾ ਦਿਮਾਗ ਖਰਾਬ ਥੱਲੇ ਦੇ ਕੇ ਮਰਨਾ ਯਾਰ। ਯਾਰ ਇੱਥੇ ਖਲੋ ਕੇ ਉਹਨਾਂ ਦੀ ਗੋਲੀ ਨਾਲ ਜੋ ਮਰਨਾ, ਥੱਲੇ ਡਿੱਗ ਕੇ ਬੰਦਾ ਜੀਣ ਦਾ ਰਿਸਕ ਲਵੇ, ਮਰੇ ਇੱਕੀਆਂ ਸਿਮਾਂ ਵਾਲਾ ਮੋਬਾਈਲ ਹੁੰਦਾ ਹੀ। ਹਾਂਜੀ, ਪਹਿਲੇ ਮੈਂ ਜਾ ਵੇਖਾਂਗਾ ਫੇਰ। ਤੁਸੀਂ ਜਹਾਜ਼ ਖਰੀਦਣਾ ਕਿ ਉਹਦੇ ਨਾਲ ਮੰਗਣੀ ਕਰਾਉਣੀ ਤੁਸੀਂ? ਆ ਭਾਈ, ਤੂੰ ਤਾਂ ਪੁੱਛ ਕੇ ਆਇਆ, ਤੂੰ ਤਲਾਫ ਲੈਣ। ਕੰਮ ਖਰਾਬ ਹੋ ਗਿਆ ਬੇਟੇ, ਤੂੰ ਸਿਕਿਉਰਿਟੀ ਅਲਾਰਮ ਤੇ ਖਲੋਤਾ। ਇੱਥੇ ਕਿਹੜਾ ਤੇਰੀ ਬੇਬੇ ਨੇ ਅਲਾਰਮ ਫਿੱਟ ਕੀਤਾ? ਆ ਜਿਹੜਾ ਓਏ ਬਾਲੀ ਇਸ ਕਮਰੇ ਦੇ ਵਿੱਚ ਰਹੇਗਾ, ਉਹ ਇਹਦੇ ਨਾਲੋਂ ਵੱਡੇ ਬਾਲੀ ਦੇ ਬਾਥਰੂਮ ਹੁੰਦੇ ਆ। ਮੁਬਾਰਕ ਹੋਵੇ ਭਾਈ ਜਾਨ, 9 ਨੰਬਰ ਡੱਬੇ ਦੇ ਵਿੱਚੋਂ ਤੁਹਾਡੀ ਕਾਰ ਨਿਕਲ ਆਈ ਜਨਾਬ। ਇਹ ਫੜੋ ਚਾਬੀ ਤੇ ਮੈਨੂੰ ਵੈਸੇ ਵੀ ਚਾਬੀ ਦੇ ਦਿਓ।